ਜਾਣਾ ਮੇਨ ਰੋਡ 'ਤੇ ਹਾਈਵੇ 'ਤੇ ਚੜ੍ਹਨਾ ਸੀ ਅਤੇ ਡਰਾਈਵਰ ਦਾ ਧਿਆਨ ਨਹੀਂ ਪਿਆ ਖੱਬੀ ਸਾਈਡ 'ਤੇ ਉੱਧਰੋਂ ਕੋਈ ਗੱਡੀ ਆ ਰਹੀ ਉਹਨੇ ਇਹਨੇ ਵੇਖਿਆ ਨਹੀਂ ਉੱਤੇ ਚੜ੍ਹਾ ਮੇਨ ਰੋਡ 'ਤੇ ਚੜ੍ਹਾਤੀ ਅਤੇ ਉਹ ਟੱਕਰ ਹੋ ਗਈ ਉੱਥੇ ਗੱਡੀ ਦੀ ਉੱਥੇ ਮੌਕੇ 'ਤੇ ਚੌਂ ਜਾਣੇ ਦੀ ਮੌਤ ਹੋ ਗਈ ਡਰਾਈਵਰ ਜਿਹੜਾ ਗੰਭੀਰ ਜ਼ਖਮੀ ਹੋ ਗਿਆ ਉਹਦੀ ਅਗਲੇ ਦਿਨ ਹੋਸਪਿਟਲ ਜਾ ਕੇ ਮੌਤ ਹੋ ਗਈ ਡੈਡ ਬੋਡੀ 15-16 ਤਰੀਕ ਤੱਕ ਆਉਣੀ ਆ 10-15 ਦਿਨਾਂ ਦੇ ਹੀ ਲੱਗ ਜਾਣੇ ਆ ਡਾਕੂਮੈਂਟ ਉੱਧਰ ਪੂਰੇ ਹੋ ਗਏ ਆ ਪੰਜਾਬ ਦੇ ਤਕਰੀਬਨ ਹਰ ਇੱਕ ਵਿਅਕਤੀ ਦਾ ਸੁਪਨਾ ਜ਼ਿੰਦਗੀ 'ਚ ਕਦੇ ਨਾ ਕਦੇ ਵਿਦੇਸ਼ ਪੱਕੇ ਤੌਰ 'ਤੇ ਜਾਣਾ ਜਾਂ ਫਿਰ ਘੁੰਮਣ ਜਾਣ ਦੇ ਲਈ ਹੁੰਦਾ ਹੈ ਵੱਡੀ ਗਿਣਤੀ 'ਚ ਪੰਜਾਬੀ ਵਿਦੇਸ਼ ਦੇ ਵੱਲ ਰੁੱਖ ਕਰਦੇ ਨੇ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਕੰਗ ਦਾ ਇੱਕ ਵਿਅਕਤੀ ਆਸਟ੍ਰੇਲੀਆ 'ਚ ਰਹਿੰਦੀ ਆਪਣੀ ਲੜਕੀ ਨੂੰ ਮਿਲਣ ਦੇ ਲਈ ਗਿਆ ਸੀ ਪਰ ਉੱਥੇ ਉਸਦੀ ਇੱਕ ਦਰਦਨਾਕ ਸੜਕ ਹਾਦਸੇ 'ਚ ਮੌਤ ਹੋ ਗਈ ਜਿਸ ਤੋਂ ਬਾਅਦ ਮ੍ਰਿਤਕ ਵਿਅਕਤੀ ਦੇ ਘਰ 'ਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ ਇਸ ਬਾਰੇ ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਸਦੇ ਭਰਾ ਦੀ ਲੜਕੀ ਪਿਛਲੇ 5 ਸਾਲ ਤੋਂ ਆਸਟ੍ਰੇਲੀਆ 'ਚ ਰਹਿ ਰਹੀ ਹੈ ਜਿਸ ਨੂੰ ਲੜਕੀ ਦਾ ਪਿਤਾ ਮਿਲਣ ਦੇ ਲਈ ਗਿਆ ਸੀ ਉੱਥੇ ਜਾ ਕੇ ਮ੍ਰਿਤਕ ਵਿਅਕਤੀ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਘੁੰਮਣ ਦੇ ਲਈ ਕਿਸੇ ਹੋਰ ਸ਼ਹਿਰ ਚਲਿਆ ਗਿਆ ਅਤੇ ਵਾਪਸੀ ਮੌਕੇ ਉਹਨਾਂ ਦੀ ਕਾਰ ਦੀ ਭਿਆਨਕ ਟੱਕਰ ਕਿਸੇ ਹੋਰ ਕਾਰ ਦੇ ਨਾਲ ਹੋ ਗਈ ਉਹਨਾਂ ਦੱਸਿਆ ਕਿ ਇਹ ਟੱਕਰ ਇੰਨੀ ਭਿਆਨਕ ਸੀ ਕਿ ਗੱਡੀ 'ਚ ਸਵਾਰ ਸਾਰੇ 5 ਵਿਅਕਤੀਆਂ ਦੀ ਹੀ ਇਸ ਹਾਦਸੇ 'ਚ ਮੌਤ ਹੋ ਗਈ ਬਲਜਿੰਦਰ ਸਿੰਘ ਕੰਗ ਦੀ ਜਿਹੜੀ ਮੌਤ ਹੋਈ ਉੱਥੇ ਆਸਟ੍ਰੇਲੀਆ ਦੇ ਵਿੱਚ ਕੀ ਗੱਲਬਾਤ ਬਣੀ ਉਹਨਾਂ ਨਾਲ ਵੀਰੇ ਮੇਰਾ ਚਾਚੇ ਦਾ ਲੜਕਾ ਸੀ ਬਲਜਿੰਦਰ ਸਿੰਘ ਇਹ ਆਪਣੀ ਬੇਟੀ ਕੋਲ ਜਸਨਪ੍ਰੀਤ ਕੋਲ ਗਿਆ ਸੀ ਮਿਲਣ ਵਾਸਤੇ ਉਹਨਾਂ ਨੂੰ ਗੋਡੀ ਨੂੰ 5 ਸਾਲ ਹੋ ਗਏ ਗਿਆ ਇਹਨੂੰ ਮਿਲਣ ਵਾਸਤੇ ਗਿਆ ਅਤੇ ਉਹ ਮੈਲਬੋਰਨ ਸੀ ਉੱਥੇ ਮਿਲਣ ਗਿਆ ਅਤੇ ਮੁੜ ਕੇ ਸੈਪਟਨ ਚੱਲ ਗਏ ਯਾਰ ਦੋਸਤ ਇਕੱਠੇ ਹੋ ਕੇ ਇੱਥੋਂ ਘੁੰਮਣ ਫਿਰਨ ਵਾਸਤੇ ਉਹ ਦਿਹਾੜੀ ਰਹੇ ਅਤੇ ਜਦੋਂ ਵਾਪਸ ਆ ਰਹੇ ਆ ਅਤੇ ਇਹਨਾਂ ਮੇਨ ਰੋਡ 'ਤੇ ਹਾਈਵੇ 'ਤੇ ਚੜ੍ਹਨਾ ਸੀ ਅਤੇ ਡਰਾਈਵਰ ਦਾ ਧਿਆਨ ਨਹੀਂ ਪਿਆ ਖੱਬੀ ਸਾਈਡ 'ਤੇ ਅਤੇ ਉੱਧਰੋਂ ਕੋਈ ਗੱਡੀ ਆ ਰਹੀ ਇਹਨੇ ਵੇਖਿਆ ਨਹੀਂ ਉੱਥੇ ਚੜ੍ਹਾ ਮੇਨ ਰੋਡ 'ਤੇ ਚੜ੍ਹਾਤੀ ਅਤੇ ਉਹ ਟੱਕਰ ਹੋ ਗਈ ਉੱਥੇ ਗੱਡੀ ਦੀ ਉੱਥੇ ਮੌਕੇ 'ਤੇ ਚੌਂ ਜਾਣੇ ਦੀ ਮੌਤ ਹੋ ਗਈ ਡਰਾਈਵਰ ਜਿਹੜਾ ਗੰਭੀਰ ਜ਼ਖਮੀ ਹੋ ਗਿਆ ਉਹਦੀ ਅਗਲੇ ਦਿਨ ਹੋਸਪਿਟਲ ਜਾ ਕੇ ਮੌਤ ਹੋ ਗਈ ਜਿੰਨੇ ਜਾਣੇ ਗੱਡੀ ਸਾਰਿਆਂ ਦੀ ਮੌਤ ਹੋ ਗਈ ਸਾਰੇ 5 ਜਾਣੇ 5 ਜਾਣੇ 5 ਜਾਣੇ ਦੀ ਮੌਤ ਹੋ ਗਈ ਉੱਥੇ ਕਾਫੀ ਜ਼ਬਰਦਸਤ ਹਾਂਜੀ ਬਹੁਤ ਵੱਡਾ ਹਾਦਸਾ ਇਹ ਗੱਡੀ ਦੇ ਪੱਲੇ ਕੱਖ ਨਹੀਂ ਰਿਹਾ ਗੱਡੀ ਜਿਹੜੀ ਬਿਲਕੁਲ ਪ੍ਰੈਸ ਹੋ ਗਈ ਆ ਕਦੋਂ ਆ ਰਹੀ ਡੈਡ ਬੋਡੀ ਡੈਡ ਬੋਡੀ 15-16 ਤਰੀਕ ਤੱਕ ਆਉਣੀ ਆ 10-15 ਦਿਨਾਂ ਦੇ ਹੀ ਲੱਗ ਜਾਣੇ ਆ ਡਾਕੂਮੈਂਟ ਉੱਧਰ ਪੂਰੇ ਹੋ ਗਏ ਆ 15 ਦਿਨ ਲੱਗ ਜਾਣੇ ਆ ਸਰਕਾਰ ਕੋਲੋਂ ਕੋਈ ਮੰਗ ਭਾਰਤ ਸਰਕਾਰ ਕੋਲੋਂ ਪੰਜਾਬ ਸਰਕਾਰ ਕੋਲੋਂ ਭਾਰਤ ਸਰਕਾਰ ਕੋਲੋਂ ਮੰਗ ਤਾਂ ਤੁਹਾਨੂੰ ਪਤਾ ਹੀ ਆ ਕਿ ਡੈਡ ਬੋਡੀ ਸਾਡੀ ਲਿਆਂਦੀ ਜਾਵੇ ਇੱਧਰ ਇੱਧਰ ਜਿਹੜੀ ਡੈਡ ਬੋਡੀ ਸਾਡੀ ਲਿਆਂਦੀ ਜਾਵੇ ਸਹਿਯੋਗ ਦਿੱਤਾ ਜਾਵੇ ਉਹਦੇ ਵੱਧ ਤੋਂ ਵੱਧ ਜੋ ਭਾਣਾ ਬੜਾ ਦੁਖਦਾਈ ਭਾਣਾ ਵਰਤਿਆ ਸਾਡੇ ਨਾਲ ਹੋਣਹਾਰ ਮੁੰਡਾ ਸੀ ਸਾਡਾ ਇੱਥੇ ਪਿੰਡ ਦੇ ਅੱਗੇ ਹੋ ਕੇ ਕੰਮ ਕਰਵਾਉਂਦਾ ਸੀ ਸਾਰੇ ਜੋ ਪੰਜਾਬ ਦੇ ਆ ਪਰ ਮਹਾਰਾਜ ਨੂੰ ਮਜ਼ੂਰ ਹੋ ਰਹੀ ਹੈ ਦੱਸ ਦਈਏ ਕਿ ਵਿਅਕਤੀ ਦੀ ਮ੍ਰਿਤਕ ਦੇ ਪੰਜਾਬ ਲਿਆਉਣ ਦੇ ਲਈ ਕਾਗਜ਼ੀ ਕਾਰਵਾਈ ਪੂਰੀ ਹੋਣ ਦੀ ਗੱਲ ਪਰਿਵਾਰ ਵੱਲੋਂ ਕਹੀ ਗਈ ਹੈ ਅਤੇ ਮ੍ਰਿਤਕ ਦੇਹ ਦੇ ਪੰਜਾਬ ਪਹੁੰਚਣ ਤੋਂ ਬਾਅਦ ਉਸ ਦੀਆਂ ਅੰਤਿਮ ਰਸਮਾਂ ਨਿਭਾਈਆਂ ਜਾਣਗੀਆਂ ਤਰਨ ਤਾਰਨ ਤੋਂ ਪਵਨ ਕੁਮਾਰ ਪੰਜਾਬੀ ਲੋਕ ਚੈਨਲ